ਭਾਈ ਉਹਦਾ ਅਣ ਪਛਾਤੇ ਲੋਕਾਂ ਵੱਲੋਂ ਜਿਹੜਾ ਉਹਦਾ ਸਾਹ ਘੁੱਟ ਕੇ ਉਹਦੀ ਹੱਤਿਆ ਕੀਤੀ ਸੀ ਅਤੇ ਉੱਥੇ ਉਹਦੇ ਘਰ ਦੇ ਵਿੱਚ ਕਾਫੀ ਸਮਾਨ ਜਿਹੜਾ ਖਿਲਾਰਿਆ ਹੋਇਆ ਸੀ। ਇਹ ਇੱਕ ਲਾਈਨ ਕੇਸ ਸੀ। ਇਸ ਸੰਬੰਧ ਦੇ ਵਿੱਚ ਸੀ ਡੀ ਸਾਹਿਬ ਵੱਲੋਂ ਏ ਡੀ ਸੀ ਪੀ ਸਿਟੀ ਵਨ ਵਾਲੀਆ ਸਾਹਿਬ ਅਤੇ ਜਸਪ੍ਰੀਤ ਏ ਸੀ ਪੀ ਈਸਟ ਦੀ ਜਿਹੜੀ ਹੈਗੀ ਆ ਐਸ ਐਚ ਓ ਜੀ ਡਿਵੀਜ਼ਨ ਦੇ ਇਹ ਸਿੱਟ ਬਣਾਈ ਗਈ ਸੀ। ਇਹ ਸਪੈਸ਼ਲ ਇਨਵੈਸਟੀਗੇਸ਼ਨ ਵੱਲੋਂ ਜਿਹੜੀ ਇਹਦੇ ਨਾਲ ਬਰੀਕੀ ਨਾਲ ਜਿਹੜੀ ਇਹਦੀ ਜਾਂਚ ਕੀਤੀ ਗਈ। ਆਸ ਪਾਸ ਦੇ ਜਿਹੜਾ ਏਰੀਏ ਨੂੰ ਸਰਚ ਕੀਤਾ ਗਿਆ, ਇਹਦੇ ਆਉਣ ਜਾਣ ਵਾਲੇ ਚੈੱਕ ਕੀਤੇ ਗਏ ਔਰ ਇਹ ਜਿਹੜਾ ਮਰਡਰ ਕੇਸ ਹੈਗਾ ਇਹਨੂੰ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਬੜੀ ਮੁਸਤੈਦੀ ਨਾਲ ਬੜੀ ਜਲਦੀ ਹੱਲ ਕਰ ਲਿਆ। ਇਹ ਇਹਨਾਂ ਦੇ ਗੁਆਂਢੀ ਹੀ ਰਹਿੰਦਾ ਸੀ ਰਣਜੀਤ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕਲੀ ਦਾ ਕੰਮ ਕਰਦਾ ਸੀ। ਜਿਹਦੀ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਬੜੀ ਮਾੜੀ ਸੀਗੀ, ਉਹਨੂੰ ਪਤਾ ਸੀਗਾ ਕਿ ਇਹ ਲੇਡੀ ਇਕੱਲੀ ਰਹਿੰਦੀ ਆ ਔਰ ਇਹਦੇ ਕੋਈ ਦੇਖਭਾਲ ਵਾਲਾ ਨਹੀਂ ਹੈਗਾ। ਇਹਦਾ ਭਰਾ ਸੀ ਗੁਲਜਾਰ ਸਿੰਘ, ਉਹ ਕਦੇ ਕਦੇ ਆ ਕੇ ਇਹਦੀ ਦੇਖਭਾਲ ਕਰਦਾ ਸੀ। ਰਾਤ ਨੂੰ ਇਹ ਇਕੱਲੀ ਰਹਿੰਦੀ ਹੁੰਦੀ ਸੀ, ਉਹ ਮੌਕਾ ਤਾੜ ਕੇ ਉਹਨੇ ਪਹਿਲਾਂ ਲਗਾਤਾਰ ਵਾਚ ਕਰਦਾ ਰਿਹਾ। ਉਸ ਤੋਂ ਬਾਅਦ ਉਹਨੇ ਜਦੋਂ ਦੇਖਿਆ ਉਹਨੇ ਆਪਣੀ ਪਤਨੀ ਨਾਲ ਇੱਕ ਜਿਹੜੀ ਆ ਸਾਜਿਸ਼ ਰਚ ਕੇ ਇਹਨਾਂ ਦੇ ਘਰ ਐਂਟਰ ਕਰ ਗਿਆ। ਐਂਟਰ ਕਰਨ ਤੋਂ ਬਾਅਦ ਉਹ ਲੁੱਟ ਦੀ ਨੀਅਤ ਦੇ ਨਾਲ ਉਹਨੇ ਇਸ ਲੇਡੀ ਦਾ ਜਿਹੜਾ ਹੈ ਗਲਾ ਘੁੱਟ ਕੇ ਸਾਹ ਘੁੱਟ ਕੇ ਸਰਾਣੇ ਦੇ ਨਾਲ ਜਿਹੜਾ ਮਰਡਰ ਕਰ ਦਿੱਤਾ। ਉਸ ਤੋਂ ਬਾਅਦ ਉਹਨੇ ਜਿਹੜਾ ਕੋਲਾਵਾਲੀ ਕਰਕੇ ਉੱਥੋਂ ਜਿਹੜਾ ਤਕਰੀਬਨ 25,000 ਰੁਪਈਆ ਜਿਹੜਾ ਉਹ ਚੋਰੀ ਕੀਤਾ ਸੀ, ਜਿਹਦੇ ਵਿੱਚੋਂ ਪੁਲਿਸ ਨੇ ਉਹਦੀ ਬਾਈਕ ਜਿਹੜੀ ਹੈ ਸੁਮਨ ਅੱਜ ਜਿਹੜੀ ਹੈ ਗ੍ਰਿਫਤਾਰ ਗੱਲ ਕਰ ਲਈ ਹੈ। ਉਹਦੇ ਕੋਲੋਂ ਅਸੀਂ 15,000 ਰੁਪਈਆ ਜਿਹੜਾ ਰਿਕਵਰ ਕਰ ਚੁੱਕੇ ਹਾਂ। ਸਰ ਕਾਰਨ ਕੀ ਸੀ ਕਿ ਉਹ ਬਿਲਕੁਲ ਸਾਹਮਣੇ ਰਹਿੰਦਾ ਸੀ, ਨੈਕਸਟ ਡੋਰ ਨੇਬਰ ਸੀ, ਉਹਨੂੰ ਕਿਸ ਤਰ੍ਹਾਂ ਪਤਾ ਸੀ ਇਹਦੇ ਹਾਲਾਤ? ਉਹ ਕਿਉਂਕਿ ਗੁਆਂਢੀ ਰਹਿੰਦਾ ਸੀ, ਕਿਰਾਏ 'ਤੇ ਰਹਿੰਦਾ ਸੀਗਾ ਬੇਸਿਕਲੀ, ਅਤੇ ਉਹਨੂੰ ਉਸ ਕਾਫੀ ਦੇਰ ਤੋਂ ਇੱਥੇ ਰਹਿ ਰਿਹਾ ਸੀਗਾ ਔਰ ਉਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਸ ਲੇਡੀ ਦਾ ਜਿਹੜਾ ਬ੍ਰਦਰ ਆ ਉਹ ਵੀ ਕਾਫੀ ਓਲਡ ਏਜ ਦਾ ਹੈਗਾ,